ਖੜਾਈ ਦੇ ਪਰਿਵਾਰ ਦੇ ਵਿੱਚ ਇੱਕ ਖੁਸ਼ੀਆਂ ਦੀ ਇੱਕ ਲਹਿਰ ਚੱਲੀ ਹੈ। ਬੜਾ ਚੋਟੀ ਦਾ ਡਿਫੈਂਸਰ ਹੈ, ਫਰੋਸ਼ਾ ਦਾ ਰੂਪ ਮੁੰਡਾ, ਚੀੜ ਦੀ ਕੰਧ ਹੈ, ਤੇ ਜਿਹੜਾ ਮੁੰਡਾ ਲੱਭੇ ਦੀ ਬੈਕ ਸਾਈਡ ਖੇਡਦਾ ਜਿੰਨੇ ਹੁਣ ਬਾਲ ਮੋੜੀ ਹੈ, ਇਹ ਹੈ ਨੱਥੂ ਵਾਲੀ ਆ ਨੀਟਾ, ਇਹ ਵੀ ਮੁੰਡਾ ਵਾਸ਼ਿੰਗ ਮਸ਼ੀਨਾਂ ਦਾ ਜੇਤੂ, ਬੜਾ ਚੋਟੀ ਦਾ ਡਿਫੈਂਸਰ ਹੈ ਖੇਡ ਦੇ ਮੈਦਾਨ ਦੇ ਵਿੱਚ। ਤੇ ਜਿਹੜਾ ਨੱਥੂ ਵਾਲਾ ਦਾ ਮੁੰਡਾ ਨੈਟ ਵਾਲਾ, ਨੱਥੂ ਵਾਲਾ ਕਰਦੀ ਦੀ ਟੀਮ ਦਾ ਜਿਹੜਾ ਖਿਡਾਰੀ ਨੈਟ ਤੇ ਖੇਡਦਾ ਹੈ, ਇਹ ਸੰਗਰੂਰ ਜ਼ਿਲ੍ਹੇ ਤੋਂ ਚੱਲਿਆ ਮੇਰੇ ਮਿੱਤਰੋ, ਇਹਦਾ ਕਹਿੰਦੇ ਖੇੜੀ ਚਹਿਲਾ ਪਿੰਡ ਹੈ, ਹਰਪ੍ਰੀਤ ਸਿੰਘ ਚਹਿਲਪੁਰਾ ਨਾਮ, ਪਰ ਦੁਨੀਆ ਖੇੜੀ ਵਾਲਾ ਪੀਤਾ ਕਹਿੰਦੀ ਹੈ, ਪੀਤਾ ਕਹਿੰਦੇ ਖੇੜੀ ਦੀ ਧਰਤੀ ਦਾ ਨੱਥੂ ਵਾਲੇ ਦਾ ਨੈਟ ਮੈਨ ਅੱਜ ਬਣ ਕੇ ਖੇਡ ਰਿਹਾ ਹੈ। ਉਧਰਲੇ ਪਾਸੇ ਆਇਆ ਰੋਡਿਆਂ ਦੀ ਧਰਤੀ ਦਾ ਬਿੱਟੂ, ਆ ਚਤਰਾ ਰੋਡਿਆਂ ਵਾਲਾ, ਤੇ ਆਇਆ ਮੇਰੇ ਮਿੱਤਰੋ ਮਿੰਟੂ ਜਿੰਨੇ ਹੁਣ ਬਾਲ ਮੋੜੀ ਹੈ, ਸੈਂਟਰ ਦੇ ਵਿੱਚ ਰੋਡਿਆਂ ਦਾ ਮੱਖਣ ਹੈ ਗਰਮੇਲ ਸਿੰਘ, ਤੇ ਕਹਿੰਦੇ ਤਿੰਨੇ ਪੁੱਤਰ ਵਾਲੀਬਾਲ ਖੇਡਦੇ ਹੈ, ਰੋਡਿਆਂ ਦੀ ਟੀਮ ਵਿੱਚ ਤਿੰਨ ਸਕੇ ਵੀਰ ਖੇਡਦੇ ਹੈ, ਸੈਂਟਰ ਦੇ ਵਿੱਚ ਮੱਖਣ ਹੈ, ਤੇ ਨਾਲ ਕਹਿੰਦੇ ਬਿੱਟੂ ਦੇ ਜਿਹੜਾ ਖਿਡਾਰੀ ਮਗਰ ਖੇਡਦਾ ਮਿੰਟੂ, ਤੇ ਆਇਆ ਚੈਣਾ ਰੋਡਿਆਂ ਦੀ ਧਰਤੀ ਦਾ ਜਿਹਨੇ ਹੁਣ ਕਹਿੰਦੇ ਬਾਲ ਆਊਟ ਮਾਰ ਦਿੱਤੀ ਹੈ, ਤਿੰਨੋਂ ਕਹਿੰਦੇ ਸਕੇ ਵੀਰ ਖੇਡ ਰਹੇ ਆ ਖੇਡ ਦੇ ਮੈਦਾਨ ਦੇ ਵਿੱਚ। ਮੁੰਨਾ ਤਰਖਾਣ ਵਾਲਾ ਬਾਈ ਇੱਥੇ ਆਵਾਜ਼ ਸੁਣਦਾ ਹੈ, ਗਿੱਲ ਧਰਮ ਸਿੰਘ ਵਾਲੇ ਨੇ ਡਿਊਟੀ ਲਾਈ ਆ, ਤਿੰਨ ਨੰਬਰ ਗਰਾਊਂਡ ਤੇ ਜਾ ਕੇ ਮੈਚ ਕਰਾ ਦੇਵੇ। ਮੁੰਨਾ ਤਰਖਾਣ ਵਾਲੀ ਆ, ਤਿੰਨ ਨੰਬਰ ਤੇ ਮੈਚ ਕਰਾਵੇ, ਮੇਰੀ ਬੇਨਤੀ ਹੈ। ਜੰਡ ਵਾਲਾ ਤੇ ਭੰਦਰ ਖੇੜਾ ਦੇ ਖਿਡਾਰੀ ਆਓ ਜੀ, ਤਿੰਨ ਨੰਬਰ ਗਰਾਊਂਡ 'ਚ ਬਾਬਾ ਫਰੀਦ ਕਲੱਬ ਜੰਡ ਵਾਲੇ ਦੀ ਟੀਮ ਆਵੇ, ਤੇ ਦੂਜੇ ਪਾਸੇ ਭੰਦਰ ਖੇੜਾ, ਵਧੀਆ ਮੈਚ ਹੋਵੇਗਾ, ਮੁੰਨਾ ਤਰਖਾਣ ਵਾਲਾ ਮੈਚ ਕਰਾਵੇ ਜਾ ਕੇ। ਦੋਜਗੜ ਦਾ ਕਹਿ ਲਈਏ ਸਭ ਤੋਂ ਵੱਡਾ ਟੂਰਨਾਮੈਂਟ ਰਾਤੀ ਮਮਾਰੇ ਦੀ ਧਰਤੀ ਤੇ ਹੋਇਆ ਹੈ, ਉੱਥੇ ਵੀ ਆਹ ਦੋ ਟੀਮਾਂ ਦਾ ਕਹਿੰਦੇ ਮੈਚ ਖੇਡਿਆ ਗਿਆ ਹੈ, ਦੁਨੀਆਂ ਨੇ ਕਹਿੰਦੇ ਲਲਕਾਰੇ ਵੀ ਮਾਰੇ, ਭੰਗੜੇ ਵੀ ਪਾਏ, ਤਾੜੀਆਂ ਵੀ ਵੱਜੀਆਂ ਸਨ, ਤੇ ਮੈਚ ਕਹਿੰਦੇ ਨੱਥੂ ਵਾਲੇ ਦੀ ਟੀਮ ਜਿੱਤੀ ਸੀਗੀ। ਲੈ ਵੀ ਮੱਖਣਾ, ਉਹ ਰਾਤ ਦਾ ਜਿਹੜਾ ਸਮਾਂ ਸੀ ਉਹ ਨੱਥੂ ਵਾਲੀਆਂ ਦਾ ਸੀ, ਤੇ ਆਹ ਹੁਣ ਕਹਿੰਦੇ ਉਵੇਂ ਹੀ ਰਾਤਾਂ ਪਈਆਂ, ਤੇ ਲਾਈਟਾਂ ਦੀ ਰੋਸ਼ਨੀ 'ਚ ਮੁਕਾਬਲੇ ਹੋ ਰਹੇ ਹੈ। ਕਾਲੇ ਪਾਣੀ ਉਹ ਪਾਉਣ ਨੂੰ ਖੱਤ ਕਿਸ਼ਨੇ ਪਾਇਆ, ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ, ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ। ਹੁਣ ਦੇਖਾਂਗੇ ਕਿਹੜੀ ਟੀਮ ਨੇ ਜਿੱਤਣਾ ਹੈ ਤੇ ਕਿਹੜੀ ਟੀਮ ਆਹ ਰਾਊਂਡ 'ਚੋਂ ਬਾਹਰ ਹੋਵੇਗੀ। ਉਧਰ ਮੋਟੂ ਵੀ ਆ ਗਿਆ ਨੱਥੂ ਵਾਲੀ ਆ, ਧੰਨਵਾਦ ਸੁਬੀਰ ਦਾ ਵੀ, ਆਪਣੀ ਟੀਮ ਦੀ ਕਹਿੰਦੇ ਮੁੰਡਾ ਹੌਸਲਾ ਅਫਜ਼ਾਈ ਕਰਦਾ, ਘੋਟੇ ਵਰਗੇ ਵੀ ਆਏ ਹੋਏ ਆ ਸਾਡੇ ਪਿਆਰੇ ਵੀਰ। ਉਧਰ ਕਾਕਾ ਕੋਚ ਵੀ ਆਇਆ ਹੋਇਆ ਰੋਟੀਆਂ ਵਾਲਾ, ਰੋਟੀਆਂ ਦੀ ਟੀਮ ਦੇ ਨਾਲ ਕਹਿੰਦੇ ਥੰਮ ਵਾਂਗੂ ਖੜਾ। ਟੀਮਾਂ ਹੋ ਜੀ, ਤਿੰਨ ਨੰਬਰ ਗਰਾਊਂਡ 'ਚ ਲਾਸਟ ਕਾਲ ਹੈ, ਦੋਵੇਂ ਟੀਮਾਂ ਅਸੀਂ ਕੱਟਣ ਲੱਗੇ ਹਾਂ, ਬਾਬਾ ਫਰੀਦ ਕਲੱਬ ਜੰਡ ਵਾਲਾ ਤੇ ਭੰਗਰ ਖੇੜਾ, ਤਿੰਨ ਨੰਬਰ ਗਰਾਊਂਡ 'ਚ ਆਓ ਦੋਵੇਂ ਟੀਮਾਂ। ਚਤਰਾ ਦੇਖੋ ਸਾਹਮਣੇ ਮੁੰਡੇ ਨੇ ਥਾਪੀ ਦਿੱਤੀ ਹੈ ਰੋਡਿਆਂ ਦੇ ਬਿੱਟੂ ਨੇ, ਜਿਵੇਂ ਸਿਆਣੀ ਟੀਮੀ ਮੱਝ ਚੋ ਕੇ ਥਾਪੀ ਦਿੰਦੀ ਹੁੰਦੀ ਹੈ, ਐ ਕਹਿੰਦੇ ਗੱਲ ਟਿਕਾਣੇ ਲਾਤੀ ਚਤਰਾ। ਦੇਖੋ ਕਣਕ ਮੰਨਾ ਜਿਹਾ ਰੰਗ ਹੈ ਗੱਭਰੂ ਦਾ, ਵਿਚੋਲੇ ਦੇ ਕਹਿਣ ਵਾਂਗੂ, ਜਦੋਂ ਵਿਚੋਲੇ ਨੇ ਸਾਕ ਕਰਾਉਣਾ ਐ ਨਹੀਂ ਦੱਸਦਾ ਕਿ ਰੰਗ ਕਾਲਾ ਜਾਂ ਗੋਰਾ ਹੈ, ਬਸ ਕਣਕ ਮੰਨਾ ਜਿਹਾ ਕਹਿ ਕੇ ਗੱਲ ਨਿਬੇੜਨ ਦੀ ਕਰਦਾ ਹੈ, ਪਰ ਰੰਗ ਰੂਪ ਦਾ ਮਸਲਾ ਨਹੀਂ ਇੱਥੇ, ਕਹਿੰਦੇ ਗੱਲ ਟੈਲੈਂਟ ਦੀ ਹੈ ਕਿ ਮੰਜ਼ਿਲ ਤਾਂ ਸਭ ਨੂੰ ਮਿਲ ਜਾਂਦੀ ਪਰ ਖੜਨਾ ਔਖਾ ਏ, ਕਿਤਾਬ ਵੀ ਰੱਬ ਦੇ ਦਿੰਦਾ ਪਰ ਪੜ੍ਹਨਾ ਔਖਾ ਏ, ਇੱਥੇ ਹੁਨਰ ਦੇ ਮੁੱਲ ਹੀ ਪੈਂਦੇ ਨੇ, ਰੰਗ ਵੇਖਿਆ ਨਹੀਂ ਜਾਂਦਾ ਗੋਰਾ ਕਾਲਾ, ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ, ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ। ਬਾਈ ਜਿਹੜੇ ਮੋਟਰਸਾਈਕਲ ਸਟੇਡੀਅਮ ਤੋਂ ਬਾਹਰ ਖੜੇ ਆ ਉਹ ਸਟੇਡੀਅਮ ਦੇ ਅੰਦਰ ਲਾਏ ਮੋਟਰਸਾਈਕਲ,
ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਹੁਣ ਤੇ ਬੇਨਤੀ ਬਾਅਦ ਦੇ ਵਿੱਚ ਕੋਈ ਵੀ ਇਤਰਾਜ਼ ਨਾ ਕਰੇ ਮੇਰੀ ਬੇਨਤੀ ਹੈ ਪ੍ਰਬੰਧਕ ਵੀਰਾਂ ਬੰਦੀਓ ਵੀ ਜਿਹੜੇ ਮੋਟਰਸਾਈਕਲ ਸਟੇਡੀਅਮ ਦੇ ਬਾਹਰ ਸੜਕ ਤੇ ਖੜੇ ਆਵਾਜਾਈ ਬਲੌਕ ਹੋ ਰਹੀ ਹੈ ਉਹ ਸਟੇਡੀਅਮ ਦੇ ਅੰਦਰ ਲਾਇਓ ਮੋਟਰਸਾਈਕਲ ਲਓ ਮੈਚ ਕਹਿੰਦੇ ਤਗੜਾ ਇੱਕ ਪਾਸੇ ਰੋਡਿਆਂ ਦੀ ਟੀਮ ਸੰਤ ਜਰਨੈਲ ਸਿੰਘ ਜੀ ਦਾ ਕਹਿੰਦੇ ਪਿੰਡ ਹੈ ਉਸੇ ਪਿੰਡ ਦੇ ਨੌਜਵਾਨ ਖੇਡਦੇ ਮੈਦਾਨ ਦੇ ਵਿੱਚ ਖੇਡ ਰਿਹਾ ਮੇਰੇ ਮਿੱਤਰੋ ਕਿ ਦੁਨੀਆ ਸੱਪ ਤੋਂ ਵੀ ਡਰਦੀ ਹੈ ਸੱਪ ਦੀ ਲਕੀਰ ਤੋਂ ਵੀ ਡਰਦੀ ਹੈ ਡਰ ਹੁੰਦਾ ਹੈ ਸ਼ੇਰ ਦੀ ਦਹਾੜ ਦਾ ਵੀ ਨੰਗੀ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾਂ ਨਾਲ ਪਾਲਿਆ ਹੋਵੇ ਜੇ ਸਰੀਰ ਮਿੱਤਰੋ ਤਗੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਕਿੱਡਾ ਯੋਧਾ ਹੋਊਗਾ ਉਹ ਭਿੰਡਰਾਂ ਵਾਲਾ ਜਿਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਕਿੱਡਾ ਯੋਧਾ ਹੋਊਗਾ ਭਿੰਡਰਾਂ ਵਾਲਾ ਜਿਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਬਾਲ ਆਊਟ ਤੇ ਸਫਲਤਾ ਨੱਥੂ ਵਾਲੀਆਂ ਦੇ ਕਦਮ ਚੁੰਮ ਰਹੀ ਹੈ ਕਿੰਨੇ ਦੀ ਪੁਆਇੰਟ ਤਿੰਨ ਤੇ ਇੱਕ ਦਾ ਮੁਕਾਬਲਾ ਹੈ ਤਿੰਨ ਨੰਬਰ ਹੈ ਨੱਥੂ ਵਾਲੇ ਦੀ ਟੀਮ ਦੇ ਇੱਕ ਨੰਬਰ ਰੋਡਿਆਂ ਦੀ ਟੀਮ ਦਾ ਘੋਲ ਕੇ ਪਿਆਦੇ ਕੋਈ ਤਵੀਤ ਨੀ ਸਖੀਏ ਸਹੇਲੀਏ ਨੀ ਗੁਰਾਂ ਦੀ ਚੇਲੀਏ ਜਾਂ ਘੋਲ ਕੇ ਪਿਆਦੇ ਕੋਈ ਤਵੀਤ ਨੀ ਆਇਆ ਮੁੰਡਾ ਕਾਲੇ ਕਹਿੰਦੇ ਟੂਰਨਾਮੈਂਟ ਦਾ ਬੈਸਟ ਸਿੱਖੀ ਵੀ ਕਾਇਮ ਦੇਖੋ ਬਾਲਾ ਮਾਰਦਾ ਦੇ ਹੱਥ ਕਹਿੰਦੇ ਮੁੰਡਿਆਂ ਦੇ ਖੋਲੀ ਜਾਂਦਾ ਰਾਵੀ ਮੱਖਣਾ ਸਵਾਦ ਹੈ ਵਾਲੀਬਾਲ ਦਾ ਉਹ ਜਿੰਨਾ ਜਿਹਨਾਂ ਨੂੰ ਲੱਗਦਾ ਮੈਚ ਭੂਗਣ ਚ ਫਿਆਨੀ ਵਾਂਗੂ ਅੜੂ ਤਾਲੀ ਗੋਲ ਮਾਰ ਕੇ ਦੱਸ ਦਿਓ ਮੈਚ ਤਗੜਾ ਹੈ ਦੋ ਤੇ ਕਹਿੰਦੇ ਤਿੰਨ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਮੈਂ ਵੀ ਥੋੜਾ ਜਿਹਾ ਪਿੱਛੇ ਹੋ ਜਾ ਕਿਤੇ ਬਾਲ ਨਾ ਵੱਜੇ ਮੇਰੇ ਨੂੰ ਬਾਹਲਾ ਪਿਆਰਾ ਬਾਲ ਚਾਰ ਪੰਜ ਵਾਰੀ ਹੁਣ ਤੱਕ ਬਾਈ ਵੱਜੀ ਆ ਤੇ ਕਾਲਜਾ ਗੁਰਦੁਆਰਾ ਹੋ ਕੇ ਮੁੜਿਆ ਜਿੰਨੀ ਵਾਰੀ ਵੱਜੀ ਹੈ ਤੇ ਜਿਸ ਤਰ੍ਹਾਂ ਲੱਗਦੀਆਂ ਉਹੀ ਤਣ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਲਓ ਦੋ ਤੇ ਤਿੰਨ ਦਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਰੋਟਿਆਂ ਦਾ ਬਿੱਟੂ ਐਨਕੇ ਦੇ ਮੁੰਡਾ ਕੱਤੀ ਦੇ ਵਿੱਚ ਵੀ ਸਿਰਾ ਕਰਵਾ ਰਿਹਾ ਹੈ ਇੱਧਰ ਬੱਲੋ ਦਾ ਗੋਪਾ ਹੈ ਦੁਨੀਆ ਕਹਿੰਦੇ ਬੇਸਾ ਫੈਨ ਹੈ ਕਿ ਜਿੱਥੋਂ ਤੱਕ ਜਾਂਦੇ ਲੋਕੀ ਤੌਬਾ ਕਰ ਜਾਂਦੇ ਆਪਾਂ ਉੱਥੋਂ ਸ਼ੁਰੂਆਤ ਕਰੀ ਦੀ ਕਰ ਦਈਏ ਹਨੇਰੇ ਆਪਾਂ ਚਿੱਟਿਆਂ ਦਿਨਾਂ 'ਚ ਤੇ ਚਿੱਟੀ ਕਾਲੀ ਬੋਲੀ ਰਾਤ ਕਰੀ ਦੀ ਕੰਮ ਤਾਂ ਤੋਂ ਤਾਂ ਨੇ ਕੱਢੇ ਕਦੇ ਪੈਰ ਨਹੀਂ ਉਹ ਛੱਡੇ ਪੂਰੇ ਕਾਗਜ਼ੀ ਹਾਲਾਤ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲਿਆਂ ਰਿਕਾਰਡ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲਿਆਂ ਰਿਕਾਰਡ ਬੋਲਦੇ ਲੈ ਵੀ ਮੱਖਣਾ ਗੱਲ ਐ ਨਹੀਂ ਬਣਨੀ ਉਹ ਤਗੜਾ ਜਾਂ ਫਿਰ ਕਹਿੰਦੇ ਚੈਣੇ ਜਾਂ ਬਿੱਟੂ ਨੂੰ ਇੱਧਰ ਨੱਥੂ ਵਾਲੀ ਆ ਜੱਸੂ ਦੇਖੋ ਮੁੰਡੇ ਦੇ ਕਬੂਤਰ ਬਾਜ਼ੀਆਂ ਭਰਦੇ ਆ ਅੰਬਰਾਂ ਦੇ ਵਿੱਚ ਕਿ ਇੱਕ ਸ਼ੌਂਕ ਕਬੂਤਰ ਬਾਜ਼ੀ ਦਾ ਦਈਏ ਰੁਤਬਾ ਸਭ ਨੂੰ ਭਾਜੀ ਦਾ ਜੇ ਕੋਈ ਅੜੇ ਤੇ ਗਾਟਾ ਲਾ ਦੀ ਦਾ ਮੁੱਖ ਮੋੜ ਦਈਏ ਤਲਵਾਰਾਂ ਦਾ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਇਹ ਮੈਂ ਨਹੀਂ ਕਹਿੰਦਾ ਇਹ ਖੰਡੀਆਂ ਮਾਰ ਬੱਲੇ 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 ਰੋਟੀਆਂ ਦਾ ਬਿੱਟੂ ਵਾਹ ਗੱਭਰੂ ਆ ਉਹ ਜਿਹੜੇ ਕਹਿੰਦੇ ਨੱਥੂ ਵਾਲੇ ਦੀ ਟੀਮ ਨੂੰ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਜਿਹੜੇ ਜਿਹੜੇ ਕਹਿੰਦੇ ਰੋਡਿਆਂ ਵਾਲੇ ਜਿੱਤਣਗੇ ਉਹ ਤਾੜੀ ਮਾਰਨਗੇ ਜਿਹੜੇ ਕਹਿੰਦੇ ਜਿੱਤ ਭਾਵੇਂ ਕੋਈ ਜਾਵੇ ਪਰ ਸਾਨੂੰ ਤੇ ਸਵਾਦ ਆਉਣਾ ਚਾਹੀਦਾ ਤਾੜੀ ਉਹ ਮਾਰ ਕੇ ਦੱਸ ਦਿਓ ਜਿਹੜੇ ਕਹਿੰਦੇ ਜਿੱਤ ਕੋਈ ਜਾਵੇ ਰੋਡਿਆਂ ਦਾ ਕਹਿਣਾ ਇੱਕ ਹੋਰ ਪੜਦਾ ਵਾਧਾ ਕਰਕੇ ਆਪਣੀ ਟੀਮ ਦੇ ਲਈ ਚਾਰ ਤੇ ਤਿੰਨ ਦਾ ਮੁਕਾਬਲਾ ਚੈਣੀ ਨੇ ਕਹਿੰਦੇ ਲੰਬੇ ਦੋ ਨੰਬਰ ਜੋੜਿਆ ਦੋਵੇਂ ਕਹਿੰਦੇ ਪੰਜਾਬ ਦੇ ਬੜੇ ਫਰਤੀਲੇ ਖਿਡਾਰੀ ਹੈ ਖਾਲੀ ਵਾਲਾ